ਕਿ ਤੁਸੀਂ ਬੋਲਿਓ ਨਾ ਪ੍ਰਭ, ਮੇਰੀ ਆਵਾਜ਼ ਘੱਟ, ਮੇਰੀ ਕੀ ਬੋਲੋ ਆਵਾਜ਼ ਘੱਟ, ਤੁਹਾਡੀ ਇਕੱਠਿਆਂ ਦੀ ਆਵਾਜ਼ ਹੋ ਕੇ ਨਾ ਮੇਰੀ ਆਵਾਜ਼ ਨੂੰ ਦੱਬ ਲੂ, ਫਿਰ ਤੁਹਾਨੂੰ ਕਿਸੇ ਗੱਲ ਦੀ ਸਮਝ ਨਹੀਂ ਆਉਣੀ। ਇੱਕ ਖੇਡ ਵਾਲਾ ਭਾਈ ਉਹ ਹੁੰਦਾ ਗਾ, ਉਹ ਕਹਿੰਦਾ ਬਾਈ ਉਹ ਪਿੱਛੇ ਪੈ ਨਹੀਂ ਹਟਾਉਣਾ, ਰੁਕ ਜਾਓ ਮੇਰੇ ਬੱਚੇ ਨੂੰ ਖਤਰਾ ਗਾ, ਇਹ ਤਾਂ ਨੁਕਸਾਨ ਹੋ ਜੂ। ਕਿਸੇ ਦੇ ਬੱਚੇ ਨੂੰ ਕੋਈ ਖਤਰਾ ਨਹੀਂ ਹੁੰਦਾ, ਨਾ ਹੀ ਉਹਨਾਂ ਦਾ ਨੁਕਸਾਨ ਹੋਵੇ। ਉਹ ਚਲਾਕ ਲੋਕ ਹੁੰਦੇ ਆ ਵੀ ਇਹ ਜੇ ਲੋਕ ਬਾਗ ਉੱਠ ਕੇ ਮੈਨੂੰ ਪੈਸੇ ਕੌਣ ਦੇਊਗਾ। ਜੇ ਕਿਸੇ ਦੀ ਬੱਸ ਜਾਂਦੀ ਆ, ਕਿਸੇ ਨੇ ਜਾਣਾ ਗਾ ਬਾਜ਼ਾਰ, ਘਰ ਜਾਣਾ, ਖੇਤ ਜਾਣਾ, ਉੱਠ ਕੇ ਵਗ ਜਿਓ, ਕਿਸੇ ਦਾ ਕੋਈ ਨੁਕਸਾਨ ਨਹੀਂ ਹੁੰਦਾ, ਕਿਸੇ ਦਾ ਕੋਈ ਨੁਕਸਾਨ ਨਹੀਂ ਹੁੰਦਾ। ਉਹ ਲੋਕ ਡਰਾਉਂਦੇ ਆ, ਡਰੋ ਨਾ, ਡਰ ਗਿਆ ਸੋ ਮਰ ਗਿਆ। ਅਤੇ ਹੁਣ ਜਿਹੜੀ ਗੱਲ ਮੈਂ ਤੁਹਾਨੂੰ ਕਹੂੰਗਾ ਨਾ, ਜੇ ਉਹ ਗੱਲ ਮੇਰੀ ਭਰਾਵੋ ਤੁਹਾਨੂੰ ਚੰਗੀ ਲੱਗਦੀ ਹੋਈ, ਤੁਸੀਂ ਇਕੱਲਾ ਉਹ 'ਤੇ ਅਮਲ ਕਰਨਾ। ਜੇ ਚੰਗੀ ਨਾ ਲੱਗੀ ਉਹਨੂੰ ਛੱਡ ਦਿਓ। ਇੱਕ ਰਾਹ ਦੇ ਵਿੱਚ ਟੂਣਾ ਕਰਿਆ ਪਿਆ ਗਾ, ਟੂਣਾ, ਉਹ ਜਿਹੜਾ ਟੂਣੇ ਦਾ ਸਮਾਨ ਆ ਨਾ, ਉਹ ਕੋਈ ਤਾਂ ਤੋਂ ਤਾਂ ਭਰਾਵੋ ਡਿੱਗਿਆ ਨਹੀਂ ਗਾ, ਉਹ ਆਇਆ ਗਾ ਦੁਕਾਨ ਤੋਂ, ਦੁਕਾਨਦਾਰ ਵੀ ਉਹਦੇ ਕੋਲ ਬੈਠਾ ਗਾ, ਉਹਨੂੰ ਨਹੀਂ ਕੁਛ ਹੁੰਦਾ, ਸਾਨੂੰ ਵੀ ਨਹੀਂ ਕੁਛ ਹੁੰਦਾ। ਟੂਣੇ ਵਿੱਚੋਂ ਕੋਈ ਇੱਕ ਤਾਂ ਚੀਜ਼ ਨਹੀਂ ਚੱਕ ਕੇ ਖਾਣੀ, ਉਹਨੂੰ ਹੱਥ ਨਾਲ ਪਰਾਂ ਕਰ ਦਿਓ, ਭੰਨ ਦਿਓ, ਡਰਿਓ ਨਾ। ਟੂਣੇ ਵਿੱਚ ਪੈਸੇ ਪੈ ਜਾਂਦੇ ਨੇ, ਪੈਸੇ ਚੱਕ ਲਓ, ਇਹ ਪੈਸੇ ਚੱਕ ਕੇ ਦੁਕਾਨ ਤੋਂ ਚੀਜ਼ ਲੈ ਕੇ ਖਾਓ। ਕਈ ਵਾਰੀ ਟੂਣੇ ਵਿੱਚ ਮੁਰਗੀ ਹੁੰਦੀ ਆ ਬਈ ਯਾਰ, ਜਿਉਂਦੀ ਅਸੀਂ ਦੇਖੀ ਆ, ਉਹਦੀਆਂ ਲੱਤਾਂ ਬੰਨੀਆਂ ਨੇ, ਉਹ ਮੁਰਗੀ ਦੀਆਂ ਲੱਤਾਂ ਕਿਸੇ ਬੰਦੇ ਨੇ ਬੰਨੀਆਂ ਨੇ, ਜਿੱਥੇ ਮੁਰਗੀ ਛੱਡਣੀ ਆ ਉਹ ਬਾਬੇ ਦੇ ਚੇਲੇ ਲੁਕ ਕੇ ਬੈਠੇ ਹੁੰਦੇ ਆ ਵੀ ਇਹਨੂੰ ਫੜ ਕੇ ਘਰ ਲੈ ਜਾਓ। ਜੇ ਤੁਹਾਨੂੰ ਮੌਕਾ ਮਿਲਦਾ ਗਾ ਤੁਸੀਂ ਵੀ ਲਿਆਓ, ਲਿਆ ਕੇ ਉਹਨੂੰ ਟੋਕਰੇ ਵਿੱਚ ਬੰਦ ਕਰ ਦਿਓ। ਅੱਧੇ ਘੰਟੇ ਦਾ ਸਮਾਂ ਦੇਣਾ ਜ਼ਰੂਰੀ ਆ, ਅੱਧੇ ਘੰਟੇ ਮਗਰੋਂ ਟੋਕਰਾ ਚੱਕ ਕੇ ਦੇਖ ਲਿਓ ਮੁਰਗੀ ਮਰ ਗਈ, ਉਹਨੂੰ ਦੱਬ ਦਿਓ। ਜੇ ਨਾ ਮਰੀ ਉਹਨੂੰ ਪਾਲ ਲਓ, ਗਾਂ ਵੇਚ ਦਿਓ, ਪੌਂਦੀ ਬਣਾ ਕੇ ਖਾ ਲਿਓ, ਮਰੀ ਹੋਈ ਨਹੀਂ ਖਾਣੀ, ਮਰੀ ਹੋਈ ਨਹੀਂ। ਹੁਣ ਤੁਸੀਂ ਘਰ ਜਾਓਗੇ, ਉੱਠ ਕੇ ਖੇਤ ਜਾਂਦੇ ਹੋ, ਤੁਰੇ ਜਾਂਦੇ ਆ, ਸੜਕ ਦਾ ਇੱਕ ਮੋੜ ਮੁੜ ਗਏ, ਜਦੋਂ ਸੜਕ ਦਾ ਇੱਕ ਮੋੜ ਮੁੜ ਗਏ ਪ੍ਰਭੂ, ਅੱਖਾਂ ਦੇਖਣ ਦਾ ਕੰਮ ਕਰਦੀਆਂ ਨੇ, ਦਿਲ ਲਾ ਕੇ ਪੜੀ ਦਾ, ਅੱਖਾਂ ਦਿਮਾਗ ਨੂੰ ਕੀ ਕਹਿੰਦੀਆਂ ਜੀ, ਸੜਕ ਦੇ ਵਿਚਾਲੇ ਕਰੋੜਾ ਡਿੱਗਿਆ ਪਿਆ, ਜੇ ਤੁਹਾਡੇ ਕੋਲ ਟਾਈਮ ਹੋਵੇ ਉੱਥੇ ਖੜ ਕੇ ਚਾਰੇ ਪਾਸੇ ਦੇਖ ਕੇ ਵੀ ਸੜਕੇ 'ਤੇ ਕੋਈ ਚੀਜ਼ ਤਾਂ ਨਹੀਂ ਆਉਂਦੀ, ਸੜਕ ਖਾਲੀ ਆ, ਸੜਕ ਖਾਲੀ, ਰੋੜਾ ਚੱਕ ਕੇ ਪਰਾਂ ਧਰ ਦਿਉ, ਰੋੜਾ ਚੱਕ ਕੇ, ਇਹ ਸੜਕ ਸਾਫ਼ ਹੋ ਗਈ, ਰਾਤ ਨੂੰ ਕੋਈ ਮੋਟਰਸਾਈਕਲ ਨਹੀਂ ਡਿੱਗੂਗਾ, ਕਰ ਭਲਾ ਹੋ ਭਲਾ। ਜੇ ਤੁਸੀਂ ਕਿਹਦਾ ਭਲਾ ਕਰੋਗੇ, ਤੁਹਾਡਾ ਭਲਾ ਹੋਜੂ ਬਾਈ। ਜੇ ਅਸੀਂ ਰੋੜਾ ਚੱਕ ਕੇ ਪਰਾਂ ਨਾ ਧਰਿਆ ਤਾਂ ਫਿਰ ਕੀ ਹੋਜੂ, ਫਿਰ ਉੱਥੇ ਇਕੱਠ ਹੋਜੂਗਾ। ਤੁਸੀਂ ਪੁੱਛੋਗੇ ਕੀ ਹੋ ਗਿਆ ਭਾਈ, ਉਹ ਕੀ ਹੋਣਾ ਸੀ ਯਾਰ, ਆਹ ਇੱਕ ਬੰਦਾ ਮੋਟਰਸਾਈਕਲ ਤੋਂ ਡਿੱਗਿਆ, ਵਿਚਾਰਾ ਸੱਟ ਲੱਗ ਗਈ, ਆਹ ਰੋੜੇ ਤੋਂ ਤਿਲਕ ਗਿਆ, ਫਿਰ ਤੁਹਾਡੇ ਮੂੰਹ 'ਚੋਂ ਆਵਾਜ਼ ਆਊਗੀ, ਹੈ ਜੇ ਮੈਂ ਚੱਕ ਦਿੰਦਾ, ਹੈ ਜੇ ਮੈਂ। ਕੋਈ ਤੁਹਾਡੇ ਪਿੰਡ ਬਾਬਾ ਹੋਵੇ, ਆਂਢ ਗਵਾਂਢ ਦੇ ਵਿੱਚ ਹੋਵੇ, ਜਿਹੜਾ ਇਹ ਗੱਲ ਕਹਿੰਦਾ ਹੋਵੇ ਮੇਰੇ ਕੋਲ ਵੀਰਵਾਰ ਨੂੰ ਆ ਜਾਓ ਭਾਈ, ਮੈਂ ਤੁਹਾਡੇ ਘਰ ਦੀ ਗੱਲ ਦੱਸ ਦੂੰ। ਤੁਸੀਂ ਪਹਿਲਾਂ ਇੱਕ ਦਿਨ ਪਰਤਿਆ ਕੇ ਦੇਖ ਲਿਓ, ਤੁਸੀਂ ਬਹੁਤ ਕੁ ਦੇਣੇ ਬਾਬੇ ਦੇ ਘਰ ਜਾ ਕੇ ਬਾਬੇ ਦੇ ਜੋੜੇ ਚੱਕ ਲਿਆਓ, ਉਹਨੂੰ ਐਂ ਨਹੀਂ ਪਤਾ ਲੱਗਣਾ ਮੇਰੇ ਜੋੜੇ ਕਿਹੜਾ ਲੈ ਗਿਆ। ਜੇ ਬਾਬਾ ਇੰਨਾ ਕੁਛ ਦੱਸ ਦਿੰਦਾ ਹੁੰਦਾ ਨਾ, ਇਹਨਾਂ ਨੂੰ ਪੁਲਿਸ ਵਾਲੇ ਭਰਤੀ ਕਰ ਲੈਂਦੇ ਵੀ ਦੱਸੀ ਕਿਹੜਾ ਭੁੱਕੀ ਵਾਲਾ ਕਿੱਧਰ ਗਿਆ। ਇਹਨਾਂ ਨੂੰ ਸਰਕਾਰੀ ਨੌਕਰੀ ਮਿਲ ਜਾਂਦੀ, ਇਸ ਕਰਕੇ ਨੌਕਰੀ ਨਹੀਂ ਮਿਲਦੀ। ਕੱਲ੍ਹ ਬਾਰੇ ਦੱਸ ਨਹੀਂ ਸਕਦੇ, ਕੱਲ੍ਹ ਬਾਰੇ ਲਓ ਪ੍ਰਭੂ, ਆਹ ਸਾਡਾ ਘਰ ਆ, ਮੈਂ ਸਾਡੇ ਬਾਹਰ ਅੱਗੇ ਬਹਿ ਗਿਆ, ਸਾਡੇ ਪਿੰਡ ਵਾਲੀ ਬੱਸ ਆ ਗਈ, ਸਾਡੇ ਪਿੰਡ ਵਾਲੀ ਬੱਸ ਤੋਂ ਲੋਕ ਪਿੰਡ 'ਚ ਵੜਨਾ ਸ਼ੁਰੂ ਹੋ ਜਾਂਦੇ ਆ, ਤੁਰੇ ਜਾਂਦੇ ਆ। ਇੱਕ ਬੁੜੀ ਖੜ ਗਈ, ਮੈਨੂੰ ਕੀ ਕਹਿੰਦੀ, ਕਾਕਾ ਸਿਆਣੇ ਦਾ ਘਰ ਕਿਹੜਾ? ਮੈਂ ਕਹਿੰਦੀ ਕੀ ਕਮਲੇ ਆ, ਅਸੀਂ ਵੀ ਸਿਆਣੇ ਆ ਭਾਈ, ਇੱਥੇ ਤਾਂ ਦੋ ਤਰ੍ਹਾਂ ਦੇ ਲੋਕ ਵੱਸਦੇ ਆ, ਜੇ ਤਾਂ ਉਹ ਸਿਆਣਾ ਫਿਰ ਅਸੀਂ ਕਮਲੇ ਹਾਂ। ਫਿਰ ਉਹ ਬਾਬਾ ਕਦੋਂ ਬਣ ਗਿਆ ਭਾਈ,
ਉਹ ਬੰਦਾ ਨਹਾਉਂਦਾ ਨਹੀਂ, ਉਹਦੇ ਸਿਰ ਦੇ ਵਾਲ ਜੁੜ ਗਏ ਅਤੇ ਲੋਕ ਉਹਨੂੰ ਕਹਿਣ ਲੱਗ ਗਏ ਸੀ ਬਾਬਾ ਬਾਬਾ ਸਾਡਾ ਘਰ ਆ, ਬਾਪੂ ਇੱਕੋ ਹੁੰਦਾ ਭਰਾਵੋ, ਬਾਕੀ ਚਾਚੇ ਤਾਏ। ਚਾਚਾ ਮੈਂ ਪਾਣੀ ਕਰਾਉਣਾ ਗਾ। ਆ ਗੜਵੀ ਵਿੱਚ ਗਿਆ ਭਾਈ ਪਾਣੀ, ਫਿਰ ਪਾਣੀ ਦਾ ਪਾਣੀ ਕੀ ਕਰਾਂਗੇ? ਜਦੋਂ ਤੂੰ ਮੈਂ ਕਿਹਾ ਮੈਂ ਤਾਂ ਦੁੱਧ ਕਰਾਉਣਾ ਗਾ, ਫਿਰ ਤਾਂ ਭਾਈ ਅਸੀਂ ਮੰਨ ਜਾਂਗੇ ਭਾਈ, ਮੈਂ ਤਾਂ ਵੈਸੇ ਪਾਣੀ ਕਰਦਾ ਨਹੀਂ, ਉਹ ਤੀਜਾ ਘਰ ਕਰਦਾ ਗਾ। ਚਾਚਾ ਬਾਹਰ ਲੱਗਿਆ ਪਿਆ ਗਾ, ਬਾਹਰ ਅੰਦਰੋਂ ਲੱਗਿਆ ਕਿ ਵੀ ਬਾਹਰੋਂ ਅੰਦਰੋਂ, ਜੇ ਅੰਦਰੋਂ ਬਾਹਰ ਲੱਗਿਆ ਭਾਈ ਅੰਦਰ ਬੰਦੇ ਨੇ, ਬਾਹਰੋਂ ਲੱਗਿਆ ਕਿਤੇ ਗਏ ਨੇ, ਇੱਥੇ ਤਾਂ ਦੋ ਹੱਲ ਆ ਭਾਈ। ਚਾਚਾ ਬਾਹਰ ਤਾਂ ਅੰਦਰੋਂ ਲੱਗਿਆ ਗਾ, ਫਿਰ ਅੰਦਰ ਬੰਦੇ ਬੋਲ ਮਾਰੋ। ਚਾਚਾ ਤੂੰ ਬੋਲ ਮਾਰ ਦੇ, ਲੈ ਮੈਂ ਮਾਰ ਦਿੰਦਾ ਗਾ ਭਾਈ। ਤਾਇਆ 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 ਨਹੀਂ, ਤਾਏ ਦੇ ਘਰ ਨਹੀਂ ਆ ਗਈ, ਉਹਨੇ ਬਾਹਰ ਖੋਲਿਆ ਪੁੱਛਿਆ। ਹਾਂ ਬੋਲੋ ਭਾਈ ਕੀ ਕੰਮ ਆ? ਕਹਿੰਦੀ ਪਾਣੀ ਕਰਾਉਣਾ ਗਾ, ਮੈਂ ਅਸੀਂ ਨਹੀਂ ਮਿਲਦੀ। ਤਾਈ ਕਹਿੰਦੀ ਸੀ ਤਾਂ ਵਜੂੜ ਪਾ ਰੱਖਿਆ, ਉਹਨਾਂ ਦੀ ਵੀ ਨਹੀਂ ਮਿਲਦੀ। ਕੱਲ੍ਹ ਇੱਕ ਮੈਂ ਭਾਈ ਨੂੰ ਕਿਹਾ, ਮੈਂ ਕਿਹਾ ਉਰਿਆ ਉਹ ਉਰਿਆ ਬਾਈ, ਕਹਿੰਦਾ ਕੀ ਆ ਬਾਈ? ਮੈਂ ਕਿਹਾ ਬਾਈ ਤੁਸੀਂ ਦੋ ਭਰਾ ਹੋ, ਜਿਹੜਾ ਤੇਰਾ ਵੱਡਾ ਭਾਈ ਆ ਉਹਦੇ ਮੁਸਦਾੜੀ ਆ, ਤੇਰੇ ਹੈ ਨਹੀਂ। ਉਹ ਕਹਿੰਦੇ ਜੀ ਮੇਰੇ ਪਿਓ 'ਤੇ ਚੱਲਿਆ ਗਿਆ ਸੀਗਾ, ਕਹਿੰਦਾ ਮੈਂ ਮੇਰੀ ਮਾਂ 'ਤੇ। ਮੈਂ ਕਿਹਾ ਇੱਧਰ ਕਿਵੇਂ ਫਿਰਦਾ ਫਿਰ ਬਾਈ ਆ ਜੋ ਇਹ? ਕਹਿੰਦਾ ਬਾਈ ਬਾਲ ਲਿਆਉਣ ਵਾਸਤੇ ਤਾਂ ਕੋਈ ਦਵਾਈ ਪਾਲਦੇ ਹਾਂ। ਮੈਂ ਕਿਹਾ ਸਾਡੇ ਆ ਰਹੀ ਆ, ਅਸੀਂ ਨਾਈ ਪਾਲਦੇ ਹਾਂ। ਹਰੇਕ ਬੰਦਾ ਦੁਖੀ ਆ ਭਰਾਵੋ, ਵਰਤ ਰੱਖ ਲਿਆ ਕਰੋ ਐਤਵਾਰ ਨੂੰ, ਕੋਈ ਦਿਨ ਨਹੀਂ ਮਾੜਾ ਹੁੰਦਾ, ਹਰੇਕ ਦਿਨ ਦੇ ਮਗਰ ਨਾ ਬਾਹਰ ਲੱਗਿਆ ਹੁੰਦਾ, ਪਰ ਵਰਤ ਰੱਖਣ ਦੇ ਨਾਲ ਬੰਦੇ ਦੀ ਉਮਰ ਨਹੀਂ ਵੱਧਦੀ ਬਾਈ। ਜੇ ਬੰਦੇ ਦੀ ਉਮਰ ਨਹੀਂ ਵੱਧਦੀ, ਮੇਰੇ ਘਰਾਂ ਦੀ ਇਸ ਸਾਲ ਕਿਉਂ ਰੱਖਦੇ ਫਿਰ ਮੇਰਾ ਵਰਤ? ਤੁਹਾਡੇ ਘਰਾਂ ਦੀ ਗੱਲ ਛੱਡੋ, ਮੇਰੀ ਭਾਬੀ ਨੇ ਵਰਤ ਰੱਖਿਆ, ਮੈਂ ਤੁਹਾਨੂੰ ਉਹਦੇ ਨਾਲ ਗੱਲਾਂ ਕਰਕੇ ਸਮਝਾਉਣਾ। ਭਾਬੀ ਵਰਤ ਰੱਖ ਰੱਖਿਆ ਗਾ? ਹਾਂ। ਕਾਹਦਾ? ਕਰੂਏ ਦਾ। ਇਹਦਾ ਮਤਲਬ ਕੀ ਬਣ ਗਿਆ ਬਾਈ? ਕਹੀਂ ਇਹਦਾ ਮਤਲਬ ਤਾਂ ਇਹ ਬਣ ਗਿਆ, ਕਹੀਂ ਜਿਹੜਾ ਮੇਰਾ ਪਤੀ ਹੈ ਨਾ ਤੇਰਾ ਵੱਡਾ ਭਾਈ, ਕਹਿੰਦੀ ਉਮਰ ਵੱਧ ਜੂਗੀ ਅਤੇ ਮੇਰਾ ਭਾਈ ਹੁਣ ਦਾਰੂ ਪੀ ਕੇ ਰੋਜ਼ ਕੁੱਟਦਾ। ਮੈਂ ਕਿਹਾ ਹੋਰ ਕੁੱਟ ਖਾ ਲਾ, ਸਿਆਣੇ ਹੋਣ ਦੀ ਲੋੜ ਆ। ਬਾਕੀ ਮੇਰੀ ਭਾਬੀ ਦਾ ਰੰਗ ਭਰਾਵੋ ਮਾੜਾ ਜਿਹਾ ਪੱਕਾ, ਉਹ ਇੱਕ ਦਿਨ ਉਹਨੂੰ ਕਹਿੰਦੀ, ਕਹਿੰਦੀ ਜੀ ਮੈਨੂੰ ਐਜਾ ਸਮਾਨ ਲੈ ਕੇ ਆਓ ਜਿਹੜਾ ਮੇਰਾ ਚਿਹਰਾ ਸਾਫ਼ ਹੋ ਜਾਵੇ, ਮੈਂ ਸੋਹਣੀ ਲੱਗਾ। ਮੈਂ ਕਿਹਾ 5000 ਰੁਪਇਆ ਲੱਗੂ? ਕਹਿੰਦੀ 5 ਤਾਂ ਵਾਲਾ, ਮੈਂ ਫਿਰ ਘੁੰਡ ਕੱਢ ਲਿਆ ਕਰ। ਹਰੇਕ ਗੱਲ ਦੇ ਪਿੱਛੇ ਕੋਈ ਕਾਰਨ ਆ, ਕਾਰਨ ਤੋਂ ਬਿਨਾਂ ਕੋਈ ਗੱਲ ਬਣਦੀ ਨਹੀਂ। ਮੌਤ ਅਤੇ ਨੀਂਦ ਦੋ ਸਕੇ ਭਰਾ ਨੇ ਭਰਾਵੋ, ਬਾਹਲਾ ਸੌਣਾ ਨਹੀਂ ਚਾਹੀਦਾ। ਜਿਹੜਾ ਬੰਦਾ ਬਾਹਲਾ ਸੋਵੇ ਨਾ ਉਹ ਮੌਤ ਭਾਲਦਾ, ਮੈਂ ਸੁੱਤੀ ਰਹਾਂ। ਸੁਪਨੇ ਗੂੜੀ ਨੀਂਦ ਵਿੱਚ ਨਹੀਂ ਆਉਂਦੇ ਹੁੰਦੇ, ਜਾਗੋ ਵਿੱਚ ਹੀ ਸੁਪਨੇ ਹੁੰਦੇ ਆ, ਫਿਰ ਅਸੀਂ ਭੁੱਲ ਜਾਂਦੇ ਹਾਂ, ਸੁਪਨੇ ਸੱਚ ਨਹੀਂ ਹੁੰਦੇ। ਸਾਡੇ ਘਰ ਇੱਕ ਗੱਲ ਮੈਂ ਸਪੱਸ਼ਟ ਕੀਤੀ ਹੋਈ ਆ ਵੀ ਜਦੋਂ ਕੋਈ ਬੰਦਾ ਸੌਂਜੇ ਉਹਨੂੰ ਉਠਾਉਣਾ ਨਹੀਂ ਗਾ, ਸੁੱਤਾ ਪਿਆ ਰਹਿਣ ਦਿਓ। ਰਾਤ ਮੈਂ ਸੁੱਤਾ ਪਿਆ, ਮੈਂ ਸੁੱਤੇ ਪਏ ਉੱਠ ਕੇ, ਮੈਂ ਕਿਹਾ ਪਾਣੀ, ਮੇਰੇ ਘਰਾਣੀ ਮੇਰੇ ਕੋਲ ਪਾਣੀ ਲੈ ਕੇ ਆ ਗਈ, ਫਿਰ ਮੈਂ ਫਿਰ ਸੌਂ ਗਿਆ। ਉਹਨੇ ਕਿਹਾ ਮੇਰਾ ਭਗਵਾਨ ਪਤੀ ਸੌਂ ਗਿਆ, ਜਦੋਂ ਜਾਗਾ ਮੈਂ ਪਾਣੀ ਫੇਰ ਦੇ ਦੂੰ। ਮੈਂ 2 ਘੰਟੇ ਉੱਠਿਆ ਨਹੀਂ, ਮੈਂ 2 ਘੰਟੇ ਉੱਠੇ ਮਗਰ ਫੇਰ ਆ, ਮੈਂ ਕਿਹਾ ਪਾਣੀ। ਕਹਿੰਦੀ ਲਓ। ਉਹ ਮੈਂ ਤਾਂ ਭਰਾਵੋ ਹੈਰਾਨ ਹੋ ਗਿਆ ਇਸ ਗੱਲ 'ਤੇ, ਮੈਂ ਕਿਹਾ ਐਡੀ ਸਿੱਧੀ ਤੂੰ ਪਾਣੀ ਮੇਰੇ ਕੋਲ ਕਿਵੇਂ ਲੈ ਕੇ ਆ ਗਈ? ਮੈਨੂੰ ਕਹਿੰਦੀ ਮੈਂ ਤਾਂ 2 ਘੰਟੇ ਦੀ ਇੱਥੇ ਖੜੀ ਹਾਂ। ਮੈਂ ਕਿਹਾ ਤੂੰ 2 ਘੰਟੇ ਦੀ ਇੱਥੇ ਖੜੀ ਹਾਂ? ਮੈਂ ਕਿਹਾ ਤੂੰ ਤਾਂ ਫਿਰ ਮੇਰੀ ਕਿੰਨੀ ਸੇਵਾ ਕਰਦੀ ਹਾਂ, ਅੱਜ ਮੈਂ ਇੱਥੋਂ ਮੰਗ ਕੀ ਮੰਗਦੀ ਹਾਂ? ਕਹਿੰਦੀ ਭੁੰਨਣਾ ਤਲਾਕ ਦੇ ਦੇ। ਪਹਿਲੀ ਆਈਟਮ ਆ ਮੇਰੇ ਕੋਲ 1 ਰੁਪਈਆ ਗਾ, ਇਹ ਕਿੱਥੇ ਜੋਗੀ ਕੋਲ ਬਾਬੇ ਕੋਲ ਹੁੰਦਾ? ਉਹਨੇ ਹੱਥੇ ਧਰ ਕੇ ਮੁੱਠੀ ਬੰਦ ਕਰਕੇ ਫੂਕ ਮਾਰੀ, ਕਹਿੰਦਾ ਰੁਪਈਆ ਭੱਜ ਗਿਆ। ਮੈਂ ਕੋਈ ਫੂਕ ਵੀ ਨਹੀਂ ਮਾਰੀ, ਇਹ ਬਿਨਾਂ ਫੂਕ ਤੋਂ ਭੱਜ ਗਿਆ।
ਹੁਣ ਤੁਸੀਂ 6 ਕਿਲੋ ਕਿਵੇਂ ਭੱਜ ਗਿਆ ਭਾਈ? 1 ਰੁਪਿਆ ਲੈ ਕੇ ਉਹਦੇ ਵਿੱਚ ਗਲੀ ਕਰਕੇ ਰਾਵੜ ਪਾ ਲਓ। ਕੀ ਭਾਈਆ? ਜੈ ਵਿਗਿਆਨ, ਜੈ ਵਿਗਿਆਨ। ਮੈਂ ਕੋਈ ਜੈ ਬਾਬੇ ਦੀ ਨਹੀਂ ਕਹੀ, ਮੇਰੇ ਕੋਲ ਇੱਥੇ ਕੋਈ ਫੋਟੋ ਨਹੀਂ ਰੱਖੀ ਸਾਹਮਣੇ, ਫੋਟੋ ਕੇ ਦੇਖਣ ਵਾਸਤੇ ਬਣਾਈ ਹੈ ਭਰਾਵੋ, ਫੋਟੋ ਬੋਲਦੀ ਨਹੀਂ। ਆਪਣੇ ਘਰੇ ਚਿਰਾਗ ਲਾਦਾ ਬਾਬੇ ਲਾਲਾਂ ਦੇ ਲੱਗਦੇ ਆ। ਸਾਡੀ ਬੇਬੇ ਕਹਿੰਦੀ ਪੁੱਤ ਚਿਰਾਗ ਲਾ ਕੇ ਬੈਠੋ, ਜਦੋਂ ਬਾਬੇ ਵੱਡੇ ਹੋ ਗਏ ਉਦੋਂ ਸੌਂ ਜਾਓ। ਬਾਬੇ ਵੱਡੇ ਕਦੋਂ ਹੋਣਗੇ? ਰਾਤ ਦੇ 12 ਵਜੇ ਗੁਰਦੁਆਰੇ ਹੁੱਕਾ ਦਿੱਤਾ, ਸਾਹਿਬਜ਼ਾਦਿਆਂ ਦੀ ਫਿਲਮ ਆਉਣੀ ਆ, 9 ਵਜੇ ਬੱਚਿਆਂ ਨੂੰ ਦਿਖਾਉਣੀ ਆ, ਲਾਜ਼ਮੀ। ਫਿਲਮ ਅਸੀਂ ਦੇਖੀ ਨਹੀਂ, ਲੰਘ ਗਈ। ਕਾਰਨ, ਅਸੀਂ ਉਦੋਂ ਬਾਬਿਆਂ ਕੋਲ ਬੈਠੇ ਸੀ, ਸਾਨੂੰ ਡਰ ਲੱਗਦਾ ਸੀ ਜੇ ਬਾਬਿਆਂ ਕੋਲ ਉੱਠ ਕੇ ਵਗ ਗਏ ਸਾਡਾ ਕੋਈ ਨੁਕਸਾਨ ਨਾ ਹੋ ਜਾਵੇ, ਇਸ ਕਰਕੇ ਫਿਲਮ ਲੰਘ ਗਈ। ਅਸੀਂ ਡਰਦੇ ਰਹੇ, ਫਿਰ ਆਪਾਂ ਨੂੰ ਨੀਂਦ ਆਉਣ ਲੱਗ ਜਾਂਦੀ ਆ। ਬੇਬੇ ਮੈਨੂੰ ਨੀਂਦ ਆਉਣ ਲੱਗ ਗਈ, ਸਾਡੇ ਬਾਬੇ ਵੱਡੇ ਕਦੋਂ ਹੋਣਗੇ? ਸਾਡੀ ਬੇਬੇ ਕੋਲ ਆ ਕੇ ਕਹਿੰਦੀ ਪੁੱਤ 10 ਮਿੰਟ ਹੋਰ ਬੈਠੋ, ਬਾਬੇ ਵੱਡੇ ਹੋਣ ਵਾਲੇ ਆ। ਬਾਬੇ ਵੱਡੇ ਉਦੋਂ ਹੋਣਗੇ ਭਰਾਵੋ ਜਦੋਂ ਦੀਵੇ ਵਿੱਚ ਤੇਲ ਮੁੱਕ ਜੇ, ਦੀਵੇ ਵਿੱਚ। ਲੈ ਹੁਣ ਤੁਸੀਂ ਦੇਖੋ, ਬਾਬੇ ਛੋਟੇ ਕਰਨੇ ਕਿ ਵੱਡੇ ਕਰਨੇ ਆ? ਜੇ ਰਾਤ ਦੇ 9 ਵਜੇ ਪੈਣਾ ਤੇਲ ਘੱਟ ਪਾ ਲਓ। ਬਾਬੇ ਛੋਟੇ ਹੋ ਗਈ, ਬਾਬੇ ਇਹ ਛੋਟੇ ਸਾਰੇ। ਹੁਣ ਆਪਾਂ ਨੂੰ ਦੀਂਦਾ ਕਾਤੋਂ ਆ ਭਰਾਵੋ? ਸੂਰਜ ਚਾਨਣ ਕਰਦਾ ਗਾ ਤਾਂ ਦੀਂਦਾ। ਸੂਰਜ ਕਹਿੰਦਾ ਜਦੋਂ ਮੈਂ ਡੁੱਬ ਗਿਆ ਨਾ ਉਦੋਂ ਬਾਅਦ ਇੱਥੇ ਹਨੇਰਾ ਹੋ ਜੂਗਾ, ਤੁਹਾਨੂੰ ਕਿਸੇ ਨੂੰ ਨਹੀਂ ਦਿਸਣਾ, ਲਾ ਲਿਓ ਜ਼ੋਰ। ਉਦੋਂ ਬਾਅਦ ਜ਼ਿੰਮੇਵਾਰ ਕੌਣ? ਦੀਵਾ ਕਹਿੰਦਾ ਮੈਂ, ਦੀਵਾ ਕਹਿੰਦਾ ਮੈਂ। ਆਹ ਬਟਨ ਲਾ ਕੇ ਨਾ ਇਹਨੂੰ ਰੁਪਈਏ ਨੂੰ ਇੱਧਰਲੇ ਪਾਸੇ ਦੀ ਐਂ ਲੈ ਕੇ ਆਇਓ। ਕਹਿੰਦੇ ਬਾਬੇ ਮੇਰੇ ਕੋਲ 1 ਰੁਪਈਆ, ਫੂਕ ਮਾਰੋ ਪਾਪਾ। ਫੂਕ ਦਾ ਕੋਈ ਰੋਲ ਨਹੀਂ, ਇਹਦੇ ਵਿੱਚ ਰੁਪਈਆ ਧਰਿਆ ਨਹੀਂ, ਇਹਦੇ ਵਿੱਚ ਰੁਪਈਆ। ਜੈ ਵਿਗਿਆਨ, ਜੈ। ਇਹ ਕੋਈ ਗੁਰਦੁਆਰਾ, ਡੇਰਾ, ਮੰਦਰ, ਮਸੀਤ ਨਹੀਂ ਮਾੜੀ, ਇਹਨਾਂ ਵਿੱਚ ਬੈਠੇ ਕੁਛ ਲੋਕ ਮਾੜੇ ਆ, ਇਹਨਾਂ ਵਿੱਚ ਬੈਠੇ ਕੁਛ ਲੋਕ। ਫਿਰ ਗੁਰਬਾਣੀ ਕੀ ਕਹਿੰਦੀ ਆ? ਗੁਰਬਾਣੀ ਕਹਿੰਦੀ ਭਾਈ ਮੈਨੂੰ ਸੁਣੋ, ਸੁਣ ਕੇ ਮੇਰੇ 'ਤੇ ਅਮਲ ਕਰੋ। ਜਿਹੜਾ ਬੰਦਾ ਗੁਰਬਾਣੀ ਸੁਣੇ ਫਿਰ ਉਹ 'ਤੇ ਅਮਲ ਕਰੇ ਉਹਨੂੰ ਵੱਧ ਗਿਆਨ ਹੁੰਦਾ ਗਾ। ਜਿਹੜਾ ਬਾਬਾ ਰੋਜ਼ ਪੜ੍ਹ ਕੇ ਸੁਣਾਈ ਜਾਵੇ ਨਾ ਉਹਨੂੰ ਹੰਕਾਰ ਹੁੰਦਾ ਗਾ ਵੀ ਮੈਨੂੰ ਤਾਂ ਸਾਰਾ ਕੁਛ ਪਤਾ, ਵੀ ਮੈਨੂੰ ਤਾਂ ਸਾਰਾ ਕੁਛ। ਸਾਡੇ ਪਿੰਡ ਗੁਰਦੁਆਰਾ ਬਾਬੇ ਨੇ ਅਨਾਊਂਸਮੈਂਟ ਕਰਤੀ, ਕਹਿੰਦਾ ਭਾਈ 3:15 ਵੱਜ ਗਏ, ਮੇਰੇ ਕੋਲ ਹੁਣੇ ਹੁਣੇ ਫੋਨ ਆਇਆ ਭਾਈ, ਅੱਜ 4 ਵਜੇ ਪਚਾਲ ਆਊਗਾ, ਸਾਰਾ ਨਗਰ ਘਰਾਂ 'ਚੋਂ ਬਾਹਰ ਹੋ ਜਾਓ। ਸਾਰਾ ਨਗਰ ਘਰਾਂ 'ਚੋਂ ਅਜੀ, ਸਾਰਾ ਪਿੰਡ ਬਾਹਰ ਖੜ ਗਏ, ਸਾਰਾ ਪਿੰਡ। ਬਾਬਾ ਅੰਦਰ ਬੈਠਾ ਪੜੀ ਜਾਵੇ ਨਾ, ਇੰਨਾ ਫਰਕ ਆ, ਹੁਣ ਵੀ ਬਾਹਰ ਹੋਣਾ ਜ਼ਰੂਰੀ ਆ। ਖੁੱਲੀ ਜਗ੍ਹਾ 'ਚ ਖੜ ਜਾਓ, ਖੁੱਲੀ ਜਗ੍ਹਾ 'ਚ। ਗੁਰਬਾਣੀ ਇਹ ਕਹਿੰਦੀ ਆ ਭਰਾ, ਸਕੂਲ ਦਾ ਗੇਟ, ਗੁਰਦੁਆਰੇ ਦਾ ਗੇਟ ਸੜਕ 'ਤੇ ਬਣ ਗਿਆ, ਦੇਖ ਕੇ ਟੱਪਿਆ ਕਰੋ, ਦੌੜਨਾ ਜ਼ਰੂਰੀ ਨਹੀਂ, ਦੌੜਨਾ। ਤੁਹਾਡੇ ਘਰਾਂ ਵਿੱਚ ਕੋਈ ਜੋਗੀ ਬਾਬਾ ਹੁੰਦਾ, ਬਾਹਰਲੇ ਬੰਦੇ ਨੂੰ ਗਰਾਹੀ ਦੇਣ ਦੀ ਲੋੜ ਨਹੀਂ। ਕਦੇ ਭਾਵੇਂ ਸਾਡੇ ਪਿੰਡ ਗੁਰਦੁਆਰਾ ਹੈਗਾ ਭਾਈ, ਡੇਰਾ ਮੰਦਰ ਵੀ ਹੈਗਾ ਭਾਈ, ਇੱਕ ਪੀਰਖਾਨਾ ਵੀ ਹੈਗਾ ਭਾਈ, ਅਸੀਂ ਉਹਨਾਂ ਨੂੰ ਗਰਾਹੀ ਦੇਤੀ, ਉਹਨਾਂ ਨੂੰ ਗਰਾਹੀ। ਜਿਹੜਾ ਬੰਦਾ ਵਿਹਲਾ ਮੰਗੇ ਉਹਨੂੰ ਚੰਗੀ ਸਿੱਖਿਆ ਦੇ ਦਿਓ, ਮਹਿੰਗਾਈ ਘੱਟ ਜੂਗੀ, ਕਮਾਉਣ ਵਾਲੇ ਲੋਕ ਘੱਟ ਆ, ਵਿਹਲ ਖਾਣ ਵਾਲੇ ਵੱਧ ਆ। ਬਾਈ ਫਿਰ ਅਸੀਂ ਆਟਾ ਕਿਹਨੂੰ ਪਾਈਏ? ਜਿਹੜਾ ਬੰਦਾ ਨਾਲੀਆਂ ਕੱਢਦਾ ਨਾ ਉਹਨੂੰ ਆਟਾ ਪਾਦਾ ਕਰੋ, ਉਹ ਆਪਦੀ ਮਿਹਨਤ ਮੰਗਦਾ ਗਾ। ਜੋ ਕਿ ਆਪਣੇ ਘਰ ਵਿੱਚ ਮੰਗਦਾ ਬਾਬਾ ਕੀ ਕਹੂਗਾ? ਇਹ ਭਾਈ ਆਟਾ ਪਾਓ, ਰੱਬ ਤੁਹਾਨੂੰ ਬਾਲਾ ਦੇਊ। ਕਦੇ ਭਾਈ ਰੱਬ ਤਾਂ ਹੌਲੀ ਹੌਲੀ ਦਿਓ, ਹੌਲੀ ਹੌਲੀ ਕਿਵੇਂ ਦੇਊ? ਕਦੇ ਉਰਿਆ 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 ਤੈਨੂੰ ਸਮਝ ਆਈਏ ਬਾਬਾ, ਹੌਲੀ ਹੌਲੀ ਕਿਵੇਂ ਦੇਊ? ਅਸੀਂ ਕਣਕ ਬੀਜ ਕੇ ਆਏ ਸੀਗੇ, ਪਾਣੀ ਰਾਤ ਨੂੰ ਪਿਓ ਪੁੱਤ ਲਾ ਕੇ ਆਏ ਸੀ, ਰੇਹ ਸਪਰੇ ਦੇਣੇ ਪਾਤੀ, ਕਦੇ ਅਸੀਂ ਬੱਲੀਆਂ ਨਹੀਂ ਲਾਈਆਂ, ਬੱਲੀਆਂ ਆਟੋਮੈਟਿਕ ਆ ਗਈਆਂ।
ਰੱਬ ਉਹਨਾਂ ਦੀ ਮਦਦ ਜ਼ਰੂਰ ਕਰਦਾ ਜਿਹੜੇ ਆਪਣੀ ਮਦਦ ਆਪ ਕਰਦੇ ਆ। ਵਿਹਲਿਆਂ ਨੂੰ ਖਵਾਉਣਾ ਪਾਪਾ, ਵਿਹਲਿਆਂ ਨੂੰ ਖਵਾਉਣਾ। ਮੈਂ ਬੱਸ ਵਿੱਚ ਬੈਠਾ, ਇੱਕ ਆ ਕੇ ਅੰਨਾ ਮੈਨੂੰ ਕਹਿੰਦਾ, ਇਹ ਸਰਦਾਰ ਜੀ 2 ਰੁਪਏ ਦੇ ਦਿਓ। ਕਹਿੰਦਾ ਮੈਂ ਅੰਨਾ, ਮੈਂ ਕਿਹਾ ਭਾਈ ਇੱਕ ਅੱਖ ਨਾਲ ਤੈਨੂੰ ਦੀਂਦਾ ਗਾ। ਕਹਿੰਦਾ ਚੰਗਾ ਇੱਕ ਦੇ ਦੇ। ਉਹਨੇ ਆਪਦਾ ਵਕਤ ਵਿਚਾਰਿਆ, ਉਹਨੇ ਆਪਦਾ। ਇੱਕ ਸਾਡੇ ਘਰੇ ਜੋਗੀ ਆ ਗਿਆ ਬਾਬਾ ਤੜਕੀ, ਕੀ ਕਹਿੰਦਾ, ਇਹ ਭਾਈ ਆਟਾ ਪਾਓ, ਰੱਬ ਤੁਹਾਨੂੰ ਬਾਲਾ ਦੇਊ। ਮੇਰੇ ਘਰ ਕਹਿੰਦੀ, ਬਾਬਾ ਜੀ ਆਟਾ ਨਹੀਂ ਪਾਉਂਦੇ, ਗਾਂ ਚਲੇ ਜਾਓ। ਕਹਿੰਦਾ ਭੈਣੇ ਆਟਾ ਪਾ ਦੇ, ਵਿਆਹ ਕਰ, ਰੱਬ ਬੰਦੇ ਦੇ ਅੰਦਰ ਵੱਸਦਾ। ਕਹਿੰਦੀ ਬਾਬਾ ਮੈਂ ਤਾਂ 2 ਪ੍ਰੇਸ਼ਨ ਕਰਾ ਲਏ, ਕਹਿੰਦੀ ਮੈਨੂੰ ਦੱਸਿਆ ਨਹੀਂ। ਰੱਬ ਦੂਰ ਆ, ਨੇੜੇ ਲਿਆਉਣਾ ਪਊਗਾ। ਬਾਬਾ ਖੜਾ ਰਿਹਾ, ਮੈਨੂੰ ਕਹਿੰਦੀ ਬਾਬਾ ਖੜਾ। ਮੈਂ ਕਿਹਾ ਆਪਾਂ ਨੂੰ ਕੀ ਬਿੱਲ ਆਉਂਦਾ। ਮੈਂ ਕਿਹਾ ਬਾਬਾ ਜੀ ਗਾਂ ਚਲੇ ਜਾਓ, ਜੇ ਆਟਾ ਨਹੀਂ ਪਾਉਂਦੇ, ਸਾਡਾ ਘਰ ਅੱਡੇ 'ਤੇ ਆ। ਕਹਿੰਦਾ ਮੈਂ ਬਸ ਉਤਰ ਕੇ ਪਹਿਲੇ ਘਰ ਤੁਹਾਡੇ ਖੜਾ, ਕੁਛ ਤਾਂ ਦੇ ਦਿਓ। ਮੇਰੀ ਬਹੂ ਕਹਿੰਦੀ ਬਾਬੇ ਨੂੰ ਸ਼ੰਕਲ 'ਤੇ ਝੂਟਾ ਦੇ ਦੇ। ਮੈਂ ਵੱਡੇ ਨੰਗਲ ਜਾ ਕੇ ਉਤਾਰਤਾ। ਆਹ ਮੇਰੇ ਕੋਲ ਇੱਕ ਤਾਸ ਆ, ਤਾਸ ਸਕੂਲਾਂ ਅਤੇ ਗੁਰਦੁਆਰਿਆਂ ਦੇ ਵਿੱਚ ਖੇਡਣਾ ਮਾੜਾ ਭਰਾਵੋ। ਤਾਸ ਡੇਰਿਆਂ 'ਚ ਖੇਡਿਆ ਜਾਂਦਾ ਗਾ, ਸਕੂਲਾਂ ਅਤੇ ਗੁਰਦੁਆਰਿਆਂ ਦੇ ਵਿੱਚ ਨਾ ਇੱਕ ਚੰਗੀ ਸਿੱਖਿਆ ਦਿੱਤੀ ਜਾਂਦੀ ਆ, ਹੋਰ ਇੱਥੇ ਕੋਈ ਦੂਜੀ ਗੱਲ ਹੀ ਨਹੀਂ ਕੀਤੀ ਜਾਂਦੀ। ਹੁਣ ਤੁਸੀਂ ਤਰਕ ਕਰ ਸਕਦੇ ਹੋ, ਸ਼ੇਰਾ ਤੂੰ ਸਕੂਲਾਂ ਵਿੱਚ ਕੋਈ ਚੱਕੀ ਫਿਰਦਾ? ਭਾਈ ਮੈਂ ਇਹ ਬੱਚਿਆਂ ਦੀ ਪਰਖ ਕਰਦਾ ਹੁੰਦਾ ਵੀ ਸਕੂਲ ਦੇ ਬੱਚੇ ਲਾਈ ਲੱਗ ਤਾਂ ਨਹੀਂ, ਕਿਸੇ ਦੇ ਮਗਰ ਉਹੀ ਤਾਂ ਨਹੀਂ ਲੱਗ ਜਾਂਦੇ। ਲੈਖਣ ਨਾਲ ਦੇਖ ਲਿਓ ਭਰਾਵੋ, ਕੰਨਾਂ ਨਾਲ ਗੱਲ ਸੁਣ ਲਿਓ। ਪੱਤੇ ਤੁਹਾਨੂੰ ਸਾਰਿਆਂ ਨੂੰ ਦਿੰਦੇ ਨੇ, ਇਹ ਪੱਤੇ ਨੇ ਮੇਰੇ ਕੋਲ ਭਰਾਵੋ 4 ਕਹੇ ਨੇ, ਬੋਲੋ 4 ਗਿਣ ਕੇ ਦੱਸੋ। ਫਿਰ 4 ਕਾ ਤੋਂ ਕਿਹਾ ਸੀ, ਮੈਂ ਗੱਪ ਮਾਰਦਾ, ਮੈਂ ਚਲਾਕ ਲੋਕ ਹਾਂ, ਮੈਂ ਠੱਗ ਲੋਕ ਹਾਂ, ਕਿਸੇ ਦੇ ਮਗਰ ਨਾ ਲੱਗੋ। ਅੱਜ ਲੋੜ ਆ ਸਾਨੂੰ ਸਬੂਤ ਦੀ, ਫੋਟੋ ਖਿੱਚ ਕੇ ਦੇਖ ਲਓ, ਫਿਰ ਵੀ 3 ਦੀ ਆਉਂਦੀ ਆ। ਫਿਰ ਤੁਸੀਂ 4 ਕੋ ਕਿਹਾ, ਭਾਈ ਤੁਸੀਂ ਮੇਰੇ ਮਗਰ ਲਾ ਕੇ ਕਰ ਗਏ ਸੀ ਕਾਲੀ। ਕੋਈ ਵੀ ਕੰਮ ਕਰਨ ਸਮੇਂ ਕਾਲੀ ਨਾ ਕਰਿਆ ਕਰੋ, ਕਾਲੀ ਨਾਲ ਮਸਲੇ ਵਿਗੜ ਜਾਂਦੇ ਆ। ਉਦਾਹਰਨ ਕਿਵੇਂ ਵਿਗੜ ਜਾਂਦੇ ਭਾਈ, ਇੱਕ ਪਿੰਡ ਵਿੱਚ ਇੱਕ ਵਿਆਹ ਸੀਗਾ, ਇੱਕ ਕੁੜੀ ਵਿਆਹ ਦੇ ਵਿੱਚ ਆ ਗਈ, ਹਫ਼ਤਾ ਉਹਨਾਂ ਦੇ ਘਰੇ ਪਹਿਲੀ ਆ ਗਈ, ਉਹਨਾਂ ਦਾ ਕੰਮ ਧੰਦਾ ਕਰਨ। ਉਹਨਾਂ ਦੇ ਘਰ ਦੇ ਨੇੜੇ ਸੀ ਹਸਪਤਾਲ, ਕੁੜੀ ਜਾ ਕੇ ਕਹਿੰਦੀ ਹਸਪਤਾਲ 'ਚ, ਡਾਕਟਰ ਸਾਹਿਬ ਡਾਕਟਰ ਸਾਹਿਬ, ਆਹ ਮੇਰੀ ਨਬਜ਼ ਦੇਖ, ਮੈਨੂੰ ਕੀ ਬਿਮਾਰੀ ਹੋ ਗਈ, ਮੈਂ ਪਤਾ ਨਹੀਂ ਕੀ ਵੱਧ ਘੱਟ ਦਾ ਖਾ ਗਈ। ਉਹ ਡਾਕਟਰ ਕਹਿੰਦਾ, ਕੁੜੀਏ ਮੈਂ ਤੈਨੂੰ ਬਿਨਾਂ ਨਬਜ਼ ਤੋਂ ਮਰੀ ਦੱਸ ਦੂੰਗਾ, ਤੂੰ ਪਿੱਛੇ ਹੋ ਕੇ ਖੜ ਜਾ, ਤੂੰ ਪਿੱਛੇ ਹੋ ਕੇ ਲਓ ਜੀ ਦੱਸ ਦਿਓ। ਉਹ ਡਾਕਟਰ ਕਹਿੰਦਾ, ਕਹਿੰਦਾ ਕੁੜੀ ਦੇਖ ਭਾਈ ਤੈਨੂੰ ਭੁੱਖ ਬਹੁਤ ਘੱਟ ਲੱਗਦੀ ਹੋਣੀ। ਕਹਿੰਦੀ ਹਾਂਜੀ। ਡਾਕਟਰ ਕਹਿੰਦਾ, ਕੁੜੀ ਕੱਪੜੇ ਬਹੁਤ ਸੋਹਣੇ ਪਾਰਖੇ ਤਾਂ ਭਾਈ। ਕਹਿੰਦੀ ਸੀ ਜੀ ਇਹਨਾਂ ਦੇ ਵਿਆਹ ਵਿੱਚ ਆਏ ਹੋਏ ਆ ਜੀ। ਉਹ ਡਾਕਟਰ ਕਹਿੰਦਾ, ਕੁੜੀਏ ਭਾਈ ਤੇਰੀ ਨਿਗਾਹ ਬਹੁਤ ਘੱਟ ਆ। ਕਹਿੰਦੀ ਨਾ ਜੀ ਨਿਗਾਹ ਤਾਂ ਮੇਰੀ ਪੂਰੀ ਤੇਜ਼ ਆ। ਡਾਕਟਰ ਕਹਿੰਦਾ ਬਾਹਰ ਪੜ੍ਹ ਕੇ ਦੇਖ ਲੈ, ਕਹਿੰਦਾ ਤਾਂ ਪਸ਼ੂ ਵਾਲਾ ਹਸਪਤਾਲ ਆ, ਉਹਨੇ ਤਾਂ ਨਹੀਂ ਪੜ੍ਹਿਆ, ਉਹਨੇ ਤਾਂ ਨਹੀਂ ਇੱਥੇ ਮਾਰ ਖਾ ਗਈ। ਇਹ 3 ਪੱਤਿਆ ਭਰਾਵੋ, 2 ਕਾਲੇ ਆ ਇੱਕ ਲਾਲ, ਲਾਲ ਵਿਚਾਲੇ ਆ। ਹੁਣ ਮੇਰੇ ਹੱਥ ਕਣੀ ਰੱਖੋ ਨਿਗਾਹ, ਲਾਲ ਪੱਤਾ ਕੱਢ ਕੇ ਇੱਥੇ ਧਰਿਆ, ਆਹ ਪੱਤ ਨੂੰ ਫੜ ਕੇ ਐਂ ਕਰਿਆ। ਹੁਣ ਮੈਨੂੰ ਇਹ ਦੱਸੋ ਲਾਲ ਪੱਤਾ ਕਿੱਥੇ ਆ? ਬੋਲੋ ਬੋਲੋ ਬਾਈ, ਥੱਲੇ। ਬਾਬੇ ਨੇ ਫੂਕ ਮਾਰੀ, ਪੱਤਾ ਹੋਰ ਬਣ ਗਿਆ। ਬਾਬਾ ਕੌਣ ਹੁੰਦਾ ਜਿਹਦੇ ਲਾਲ ਕਾਲਕਾਪੜ ਪਾਏ ਹੋਣ? ਪੈਰਾਂ ਵੀ ਤੋਂ ਲੋਕ ਕਹਿੰਦੇ ਕੋਈ ਬਾਬਾ ਤੁਰਿਆ ਆਉਂਦਾ। ਜਦੋਂ ਕੋਈ ਬੱਚਾ ਜੰਮਦਾ ਕਿਸੇ ਦੇ ਘਰੇ ਮਰਜ਼ੀ ਜੰਮੇ, ਉਹ ਸਿੱਖੀ ਦੇ ਰੂਪ ਵਿੱਚ ਹੀ ਜੰਮਦਾ ਭਰਾਵੋ, ਉਹਦੇ ਮੁਸਦਾੜੀ ਆਉਂਦੀ ਆ ਬਾਈ। ਅਤੇ ਮੁਸਲਮਾਨਾਂ ਦੇ ਤਾਂ ਫਿਰ ਮੁੱਛਾਂ ਨਹੀਂ ਹੁੰਦੀਆਂ। ਮੁਸਲਮਾਨ ਕੋਈ ਤਾਂ ਤੁਹਾਡੇ ਕੋਈ ਘੇਣੀ ਬਣਿਆ, ਉਹਨੂੰ ਧੱਕੇ ਨਾਲ ਕੈਂਚੀ ਨਾਲ ਬਣਾਤਾ,
ਉਹ ਵੀ ਸਿੱਖ ਆ ਪ੍ਰਭੂ। ਅਤੇ ਫਿਰ ਮੈਂ ਤਾਂ ਕੋਈ ਫੁੱਕ ਵੀ ਨਹੀਂ ਮਾਰੀ, ਮੈਂ ਕੋਈ ਬਾਬਾ ਨਹੀਂ, ਪਤਾ ਤਾਂ ਮੈਂ ਵੀ ਹੋਰ ਬਣਾਤਾ, ਪਰ ਮੈਂ ਤਾਂ ਭਰਾਵੋ ਤੁਹਾਡੇ ਕੋਲ ਅੱਜ ਇੱਕ ਸੁਨੇਹਾ ਭੇਜਣਾ ਆ। ਫੂਕ ਦਾ ਕੋਈ ਲੱਲਾ ਕੱਕਾ ਹੁੰਦਾ ਹੀ ਨਹੀਂ, ਇਹ ਪੱਤਾ ਹੋਰ ਬਣ ਗਿਆ, ਇਹ ਪੱਤਾ ਹੋਰ ਆ ਦੇਖ ਬਾਈ ਇਹ ਫੋਟੋ ਕਿਵੇਂ ਬਣਾਤੀ? ਇਹ ਫੋਟੋ ਮੈਂ 10 ਰੁਪਏ ਦੀ ਮੁੱਲ ਲੈ ਕੇ ਲਾਤੀ, ਲਾਲ ਪੱਤੇ ਦੀ ਬਣੀ ਨਹੀਂ, ਲਾਲ ਪੱਤਾ ਪੱਤਿਆਂ ਦੇ ਵਿੱਚ ਆ, ਦੀਂਦਾ ਕਿਉਂ ਨਹੀਂ ਕਿੱਥੇ ਆ? ਤੁਸੀਂ ਪੱਤੇ ਮੇਰੇ ਤੋਂ ਖੋਲੋ, ਅੱਜ ਮੈਂ ਤੁਹਾਡੇ ਪਿੰਡ ਵਿੱਚ ਕੱਲਾ, ਤੁਸੀਂ ਗਿਣਤੀ ਵਿੱਚ ਜ਼ਿਆਦੇ ਹੋ, ਮੈਨੂੰ ਚੁੰਮੜ ਜਾਓ। ਓਏ ਓਏ ਉਹ ਮੇਰੀਆਂ ਬਾਂਹ ਪੜ ਕੇ ਪੱਤੇ ਖੋਲੇ, ਮੇਰੀਆਂ ਬਾਂਹ ਪੜ ਕੇ ਪੱਤੇ ਖੋਲੇ। ਆ ਦੇਖੋ ਇਹ ਪੱਤਾ ਕੱਟ ਕੇ ਲੱਗੇ ਆ, ਇਹ ਪੱਤਾ ਮੈਂ ਇਹਦੀ ਵਿਆਖਿਆ ਕੀਤੀ ਆ, ਪਿਆਰ ਨਾਲ ਸਮਝਾਤਾ, ਸਮਝ ਆ ਗਿਆ। ਇਹਨੂੰ ਐਂ ਕਰਕੇ ਐਂ ਕਰੋ, ਆ ਜਗ੍ਹਾ ਬਚ ਗਈ, ਐਂ ਫੜ ਲਓ। ਜਦੋਂ ਪੱਤੇ ਨੀਵੇਂ ਕਰੇ ਉਦੋਂ ਬਾਬਾ ਪੱਤਾ ਕੱਢ ਕੇ ਆ ਧਰ ਗਿਆ, ਉਹਦਾ ਉੱਥੇ ਰਹਿ ਗਿਆ। ਸਮਝ ਆ ਗਈ, ਸਿਆਣੇ ਹੋ ਗਏ, ਬੰਦਾ ਕੋਈ ਬਾਹਰੋਂ ਨਹੀਂ ਸੋਹਣਾ ਹੋਣਾ ਚਾਹੀਦਾ, ਅੰਦਰੋਂ ਸੋਹਣਾ ਹੋਣਾ ਜ਼ਰੂਰੀ ਆ। ਮੇਰੇ ਸਾਦੇ ਕੱਪੜੇ ਭਰਾਵੋ, ਸਾਦੀ ਮੇਰਾ ਮਕਾਨ, ਸਾਦੀ ਮੇਰਾ ਖਾਣਾ, ਸਾਈਕਲ 'ਤੇ ਮੈਂ ਰਹਿਣਾ, ਸਾਦਾ ਮੈਂ ਮੇਰੇ ਬੱਚਿਆਂ ਦਾ ਵਿਆਹ ਕਰ ਦੂੰ, ਬੰਦੇ 'ਤੇ ਗਰੀਬੀ ਨਹੀਂ ਆਉਂਦੀ। ਬਸ ਇੱਕ ਨਵਾਂ ਹਸਪਤਾਲ ਖੁੱਲ੍ਹ ਗਿਆ, ਉੱਥੇ ਇੱਕ ਡਾਕਟਰ ਨੇ ਬੋਰਡ ਲਿਖ ਕੇ ਲਾਤਾ, ਕਹਿੰਦਾ ਮੈਂ ਪੱਕਾ ਇਲਾਜ ਕਰਕੇ ਤੋਰੂੰ, ਮੈਂ ਸਿਰਫ 500 ਰੁਪਏ ਲਊਂ, ਜੇ ਮੈਥੋਂ ਇਲਾਜ ਨਾ ਹੋਵੇ 2000 ਰੁਪਇਆ ਨਗਦ ਨਾਮ ਜਿੱਤ ਲਓ। ਉਹ ਪ੍ਰਭੂ ਪੁਲਿਸ ਵਾਲੇ ਨੇ ਬੋਰਡ ਪੜ੍ਹ ਲਿਆ, ਕਹਿੰਦੇ ਜੀ ਪੱਕਾ ਇਲਾਜ ਕਰਦੇ ਹੋ ਜੀ? ਹਾਂ। ਇਲਾਜ ਨਾ ਹੋਵੇ 2000 ਰੁਪਇਆ ਨਾਮ ਜਿੱਤੋ, ਕੀ ਤਕਲੀਫ ਆ ਤੈਨੂੰ? ਪੁਲਿਸ ਵਾਲਾ ਕਹਿੰਦੇ ਨੂੰ ਕੌੜੇ ਮਿੱਠੇ ਖੱਟੇ ਦਾ ਸਵਾਦ ਦਾ ਨਹੀਂ ਪਤਾ ਲੱਗਦਾ। ਡਾਕਟਰ ਕਹਿੰਦਾ ਕੌੜੇ ਮਿੱਠੇ ਖੱਟੇ ਦਾ ਸਵਾਦ ਦਾ ਤੈਨੂੰ ਜਮਾਂ ਨਹੀਂ ਪਤਾ ਲੱਗਦਾ? ਨਾ ਜੀ। ਡਾਕਟਰ ਕਹਿੰਦਾ ਭਾਈ ਆਪਣੇ ਸਰੀਰ ਵਿੱਚ ਨੇ 5 ਗਿਆਨ ਇੰਦਰੀਆਂ, 5ਵਾਂ ਗਾ ਜੀਭ, ਇਹ ਤੋਂ ਲੱਗਦਾ ਗਾ ਪਤਾ। ਡਾਕਟਰ ਕਹਿੰਦਾ ਕੁਰਸੀ 'ਤੇ ਬੈਠੋ। ਪੁਲਿਸ ਵਾਲਾ ਕੁਰਸੀ 'ਤੇ ਬਹਿ ਗਿਆ। ਡਾਕਟਰ ਕਹਿੰਦੇ ਨੂੰ ਕੌੜੇ ਮਿੱਠੇ ਖੱਟੇ ਦਾ ਸਵਾਦ ਦਾ ਜਮਾਂ ਨਹੀਂ ਪਤਾ ਲੱਗਦਾ? ਨਾ ਜੀ। ਡਾਕਟਰ ਕਹਿੰਦਾ 1 ਮਿੰਟ ਵਾਸਤੇ ਜੀਭ ਬਾਹਰ ਕੱਢ ਕੇ ਰੱਖ ਲਓ। ਪੁਲਿਸ ਵਾਲੇ ਨੇ ਜੀਭ ਬਾਹਰ ਕੱਢ ਲਈ। ਡਾਕਟਰ ਕਹਿੰਦਾ ਕੰਪਾਊਂਡਰ ਨੂੰ 22 ਨੰਬਰ ਦਵਾਈ ਚੱਕੋ, 2 ਤਬਕੇ ਦੀ ਜੀਭ 'ਤੇ ਰੱਖੋ, ਕਹਿੰਦੇ ਨੂੰ ਕੁਛ ਦੇਰ ਵਾਸਤੇ ਆਪਣਾ ਮੂੰਹ ਬੰਦ ਰੱਖੋ। ਪੁਲਿਸ ਵਾਲੇ ਕਹਿੰਦੇ ਪੈਟਰੋਲ ਆ? ਡਾਕਟਰ ਕਹਿੰਦਾ ਕੱਢ ਪਾਸੋ, ਤੂੰ ਠੀਕ ਹੋ ਗਿਆ, ਜਾਓ। 500 ਆਰ ਗਿਆ, 500 ਆਰ ਗਿਆ। ਦੂਜੇ ਦਿਨ ਫਿਰ ਵਗ ਗਿਆ, ਕਹਿੰਦਾ ਡਾਕਟਰ ਸਾਹਿਬ ਜੀ ਤੁਸੀਂ ਪੱਕਾ ਇਲਾਜ ਕਰਦੇ ਹੋ? ਹਾਂ। ਇਲਾਜ ਨਾ ਹੋਵੇ 2000 ਰੁਪਇਆ ਨਾਮ ਜਿੱਤੋ, ਕੀ ਤਕਲੀਫ ਆ ਤੈਨੂੰ? ਪੁਲਿਸ ਵਾਲਾ ਕਹਿੰਦੇ ਮੇਰੀ ਯਾਦਾਸ਼ਤ ਬਹੁਤ ਕਮਜ਼ੋਰ ਆ ਜੀ, ਕੱਲ ਮੈਂ ਪਤਾ ਨਹੀਂ ਕੀ ਗੱਲ ਕੀਤੀ ਜੀ, ਮੇਰੇ ਚੇਤ ਨਹੀਂ ਰਹਿੰਦੀ, ਪਿਛਲੀਆਂ ਗੱਲਾਂ ਛੱਡੋ, ਉਹ ਤਾਂ ਮੇਰੀ ਕੀ ਯਾਦ ਰਹਿ ਜਾਣਗੀਆਂ। ਡਾਕਟਰ ਕਹਿੰਦੇ ਯਾਦਾਸ਼ਤ ਬਹੁਤ ਕਮਜ਼ੋਰ ਆ, ਤੇਰਾ ਚੇਤਾ ਮਾੜਾ? ਹਾਂਜੀ। ਡਾਕਟਰ ਕਹਿੰਦਾ ਮੈਨੂੰ ਐਂ ਲੱਗਦਾ ਜਿਵੇਂ ਤੂੰ ਕੱਲ੍ਹ ਵੀ ਆਇਆ ਸੀ। ਕਹਿੰਦਾ ਹਾਂਜੀ। ਕਹਿੰਦਾ ਕੁਰਸੀ 'ਤੇ ਬੈਠੋ। ਮੱਚੋ ਪੁਲਿਸ ਵਾਲਾ ਫਿਰ ਕੁਰਸੀ 'ਤੇ ਬਹਿ ਗਿਆ। ਡਾਕਟਰ ਕਹਿੰਦੇ ਯਾਦਾਸ਼ਤ ਬਹੁਤ ਕਮਜ਼ੋਰ ਆ, ਤੇਰਾ ਚੇਤਾ ਮਾੜਾ? ਹਾਂਜੀ। ਡਾਕਟਰ ਕਹਿੰਦੇ 1 ਮਿੰਟ ਵਾਸਤੇ ਜੀਭ ਬਾਹਰ ਕੱਢ ਕੇ ਰੱਖ ਲਓ। ਪੁਲਿਸ ਨੇ ਜੀਭ ਬਾਹਰ ਕੱਢ ਲਈ। ਡਾਕਟਰ ਕਹਿੰਦੇ ਕੁਛ ਦੇਰ ਵਾਸਤੇ ਆਪਣਾ ਮੂੰਹ ਬੰਦ ਰੱਖੋ, ਜੀਭ ਅੰਦਰ ਮੁੜ ਕੇ ਲੈ ਕੇ ਜਾਓ। ਡਾਕਟਰ ਕਹਿੰਦਾ ਕਾਪੋਰਟ ਨੂੰ 22 ਨੰਬਰ ਦਵਾਈ ਚੱਕ ਕੇ ਲੈ ਕੇ ਆਓ। 22 ਨੰਬਰ ਆ? ਕਹਿੰਦੇ ਤਾਂ ਕੱਲ੍ਹ ਵਾਲੀ ਆ। ਕਹਿੰਦਾ ਕੱਢ 500 ਰ, ਤੇਰਾ ਚੇਤਾ ਠੀਕ ਆ, ਜਾਓ। ਡਾਕਟਰ ਕਹਿੰਦਾ ਇਹ ਤਾਂ ਮੇਰੇ ਤੋਂ ਹਰੇਕ ਹੀ 2000 ਰੁਪਏ ਨਾਮ ਜਿੱਤ ਲਏ। ਜਦੋਂ ਮਰੀਜ਼ ਕੁਰਸੀ 'ਤੇ ਬਹਿੰਦਾ 1 ਮਿੰਟ ਤੋਂ ਪਹਿਲਾਂ ਠੀਕ ਹੋਣਾ ਜ਼ਰੂਰੀ ਆ, ਇਹ ਕੁਰਸੀ ਦੀ ਬਣਤਰ ਇਸੇ ਤਰ੍ਹਾਂ ਬਣ ਗਈ। 1000 ਹਾਰ ਗਿਆ।